प्यारे विद्यार्थियों YouTube चैनल Learn with Harwinder Sarow 'ਚ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਹੱਲ ਕਰਾਂਗੇ ਪੰਜਾਬੀ B ਦਾ ਨਮੂਨਾ ਪ੍ਰਸ਼ਨ ਪੱਤਰ ਜੋ ਕਿ ਤੁਹਾਡੇ ਬਾਇ-ਮੰਥਲੀ ਪ੍ਰੀਖਿਆ ਹੋਣੀ ਹੈ ਨਵੰਬਰ-ਦਸੰਬਰ 'ਚ। ਅਸੀਂ ਉਸ ਦਾ ਸੈਂਪਲ ਪੇਪਰ ਕਰਾਂਗੇ। ਪਰ ਵਿਦਿਆਰਥੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼ ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ Learn with Harwinder Sarow ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਨੁਸਤੋ ਨਿਸ਼ ਪ੍ਰਸ਼ਨ ਜਿਸ ਵਿੱਚ ਸਭ ਤੋਂ ਪਹਿਲਾਂ ਤੁਨੇ ਕਿਸ ਨੂੰ ਕਹਿੰਦੇ ਹਨ? ਇਸ ਦਾ ਉੱਤਰ ਹੈ ਬੋਲਣ ਵੇਲੇ ਮਨੁੱਖ ਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਹਨ ਉਹਨ ਦੂਜਾ ਪ੍ਰਸ਼ਨ ਜੇਸ ਤੋਂ ਇਹ ਦੇ ਉਚਾਰਨ ਸਮੇਂ ਸਾ ਮੂੰਹ ਵਿੱਚੋਂ ਬੇਰੋਕ ਨਿਕਲਦਾ ਹੈ ਉਸ ਨੂੰ ਕੀ ਕਹਿੰਦੇ ਹਨ ਇਸ ਦਾ ਉੱਤਰ ਹੈ ਸਵਰ ਅਗਲਾ ਪ੍ਰਸ਼ਨ ਹੈ ਪੰਜਾਬੀ ਦੇ ਨਾਸਕੀ ਵਿੰਜਨ ਕਿੰਨੇ ਹਨ ਇਸ ਦਾ ਉੱਤਰ ਹੈ 5 ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਟੁਕਵੀ ਹੈ ਗੁਰਮੁਖੀ ਕਿਹੜੀ ਚੀਜ਼ ਨੂੰ ਪਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ ਇਸ ਦਾ ਉੱਤਰ ਹੈ ਲਿਪੀ ਅਗਲਾ ਪ੍ਰਸ਼ਨ ਹੈ ਲੱਲਾ ਅਤੇ ਲੱਲੇ ਪੈਰ ਬਿੰਦੀ ਵਿੱਚ ਕੀ ਅੰਤਰ ਹੈ ਇਸ ਦਾ ਉੱਤਰ ਹੈ ਲੱਲਾ ਤੋਂ ਨੀਨੋ ਉਚਾਰਨ ਸਮੇਂ ਜੀਭ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਚੁੰਦੀ ਹੈ ਪਰ ਲੱਲੇ ਪੈਰ ਬਿੰਦੀ ਤੋਂ ਨੀਨੋ ਉਚਾਰਨ ਸਮੇਂ ਜੀ ਤੱਲੁਨੋਚ ਹੁੰਦੀ ਹੈ ਦੋਹਾਂ ਦੀ ਵਰਤੋਂ ਸ਼ਬਦਾ ਦੇ ਅਰਥਾ ਵਿੱਚ ਪਿੰਟਾ ਪੈਦਾ ਕਰਦੀ ਹੈ ਉਦਾਹਰਨ ਜਲ ਦਾ ਅਰਥ ਹੁੰਦਾ ਪਾਣੀ ਪਰ ਜ ਲੱਲੇ ਪੈਰਿੰਦੀ ਦਾ ਅਰਥ ਹੁੰਦਾ ਸੜ ਉਸ ਤੋਂ ਬਾਅਦ ਲੇ ਕਿਸੇ ਇੱਕ ਵਿਸ਼ੇ ਉੱਤੇ ਲੇਖ ਲਗਭਗ 400 ਸ਼ਬਦਾਂ ਵਿੱਚ ਲਿਖੋ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਪ੍ਰੋਣਤਿਆ ਤੇ ਦੋਹਾਂ ਵਿੱਚੋਂ ਕੋਈ ਵੀ ਇੱਕ ਲੇਖ ਤੁਸੀਂ ਲਿਖ ਸਕਦੇ ਹੋ ਉਸ ਤੋਂ ਬਾਅਦ ਇਹ ਪੱਤਰ ਦੋ ਵਿੱਚੋਂ ਕੋਈ ਵੀ ਕੋਈ ਵੀ ਇੱਕ ਪੱਤਰ ਲਿਖਣਾ ਹੈ ਸਕੂਲ ਦੀ ਲਾਇਬ੍ਰੇਰੀ ਨੂੰ ਸਚਾਰੂ ਟੰਗਣਾ ਚਾਹੌਂਡ ਸੰਬੰਧੀ ਸਕੂਲ ਮੁਖੀ ਨੂੰ ਪੱਤਰ ਲਿਖੋ ਜਾਂ ਸੰਪਾਦਕ ਤੋਰੇ ਸੱਲਾਹ ਮੰਗਵਾਉਂਦੇ ਪੱਤਰ ਲਿਖੋ ਤਾਂ ਦੋਹਾਂ ਵਿੱਚੋਂ ਤੁਸੀਂ ਕੋਈ ਵੀ ਇੱਕ ਲੈ ਕੋਈ ਵੀ ਇੱਕ ਪੱਤਰ ਲਿਖ ਸਕਦੇ ਹੋ ਇਸ ਤੋਂ ਬਾਅਦ ਹੈ ਬਹੁਤ ਅਸ਼ਬਦਾਂ ਦੀ ਥਾਂ ਇੱਕ ਸ਼ਬਦ ਕਿਸੇ ਕਲਾਕਾਰ ਜਾਂ ਲੇਖਕ ਦੀ ਸਭ ਤੋਂ ਉੱਤਮ ਰਚਨਾ ਇਸ ਦਾ ਉੱਤਰ ਹੈ ਸ਼ਾਹਕਾਰ ਇਸ ਤੋਂ ਬਾਅਦ ਜੋ ਆਮ ਜਿਆ ਨਾ ਹੋਵੇ ਖਾਸ ਹੋਵੇ ਵਿਲੱਖਣ ਇਸ ਤੋਂ ਬਾਅਦ ਹੈ ਇਹ ਲਿਖੇ ਮੁਹਾਵਰੇ ਵਿੱਚੋਂ ਕਿਸੇ ਦੋ ਨੂੰ ਵਾਕ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ ਦੰਦ ਖੱਟੇ ਕਰਨਾ ਹਰਾ ਦੇਣਾ ਨਕਰਗੰਨਾ ਦਾ ਅਰਥ ਹੁੰਦਾ ਤਰਲੇਕਣਾ ਪਾਣੀ ਪਾਣੀ ਹੋਣਾ ਦਾ ਅਰਥ ਹੁੰਦਾ ਸ਼ਰਮਸਾਰ ਹੋਣਾ ਤੇ ਇਸ ਦੇ ਵਧੀਆ-ਵਧੀਆ ਵਾਕ ਤੁਸੀਂ ਬਣਾ ਸਕਦੇ ਹੋ ਤਗੜਾ ਦਾ ਵਿਰੋਧਾਰਥਕ ਸ਼ਬਦ ਲਿਖੋ ਮਾੜਾ ਬਿਸਰਾਮ ਚੰਦ ਰਾਕੇ ਦੁਆਰਾ ਲਿਖੋ ਰੋਟੀ ਟੋਕ ਤੇ ਇਸ ਦੇ ਵਿਚਕਾਰ ਆਉਗੀ ਜੋੜਨੀ ਤਿਆਰ ਕਰਨ ਚ ਇੱਥੇ ਆਉਗੀ ਛੋਟੇ ਮਰੋੜੀ ਹੋਰ ਕਿੰਨਾ ਸਮਾਂ ਲੱਗੇਗਾ ਤੇ ਇਸ ਵਿੱਚ ਆਊਗਾ ਪ੍ਰਸ਼ੰਚੇਨ